ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਗ੍ਰਾਹ ਮੀਆਂ ਮੁਹੰਮਦ ਅਫਜ਼ਲ ਕੱਟੂ ਅਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਜਾਣਗੇ ਕਿ ਬੈਕ ਸਾਈਡ 15-09 ਅਤੇ ਮੁੰਜੀ ਹੈ ਡਿੱਗੀ ਹੋਈ ਅਤੇ ਮਸ਼ੀਨ ਹੈ ਜਨਾਬ ਵੱਡੀ, ਆਓ ਇਸ ਦੀ ਪਰਫੋਰਮੈਂਸ ਵੇਖਣੀ ਹੈ ਅਤੇ ਮਜ਼ੀਦ ਜਿਹੜੀ ਹੈ ਗੱਪਸ਼ਪ ਕਰਨੀ ਹੈ, ਆਓ ਚਲੀਏ ਮਸ਼ੀਨ ਵੱਲ। ਅਤੇ ਦੋਸਤੋ ਚੈੱਕ ਕਰੋ ਜਨਾਬ ਇਸ ਦੀ ਪਰਫੋਰਮੈਂਸ ਹੈ, ਅਤੇ ਮਸ਼ੀਨ ਹੈ ਜਨਾਬ ਨਿਊ ਹੋਲੈਂਡ L626। ਅਤੇ ਪਿਛਲੇ ਦਿਨ ਜਿਹੜਾ ਹਨੇਰ ਆਇਆ ਅਤੇ ਬਾਰਿਸ਼ ਆਈ ਹੈ, ਇਹਨੇ ਮੁੰਜੀ ਨੂੰ ਡੇਗ ਸੱਟਿਆ ਹੈ, ਅਤੇ ਜਿਹਦਾ ਨਤੀਜਾ ਇਹ ਹੋਇਆ ਹੈ ਵੀ ਮੁੰਜੀ ਲੰਮੀ ਔਖੀ ਵੜਿੰਦੀ ਪਈ ਹੈ। ਅਤੇ ਜਿਹੜੀ ਪੈਦਾਵਾਰ ਹੈ ਉਹ ਵੀ ਘੱਟ ਹੋਵੇਗੀ। ਬਾਕੀ ਮਾਸ਼ਾਅੱਲਾ ਮੁੰਜੀ ਬਹੁਤ ਸੋਹਣੀ ਹੈ, ਪੱਕ ਤਾਂ ਡਿੱਗੀ ਹੈ, ਲੇਕਿਨ ਡਿੱਗਣ ਨਾਲ ਪੈਦਾਵਾਰ 'ਤੇ ਲਾਜ਼ਮੀ ਫਰਕ ਜਾਂਦਾ ਹੈ। ਮਸ਼ੀਨ ਬਲਾਂ ਜਨਾਬ ਮਾਸ਼ਾਅੱਲਾ ਵੱਡੀ ਮਸ਼ੀਨ, ਇਹਦੇ ਟਾਇਰਾਂ ਦਾ ਸਾਈਜ਼ ਚੈੱਕ ਕਰੋ, ਹੁਣ ਜਾਵੇਗੀ ਮੇਰੇ ਖਿਆਲ ਮਜ਼ੀਦ ਪਿੱਛੇ, ਤਾਂ ਕਿ ਜਿੱਥੇ ਜਿਹੜਾ ਛੋਟਾ ਡਰਾਈਵਰ ਹੈ ਉਹ ਇਸ਼ਾਰਾ ਕਰਦਾ ਪਿਆ ਵੀ ਦੂਸਰੇ ਪਾਸੋਂ ਲਿਆ, ਜਾਂ ਮਤਲਬ ਵੀ ਇਹਦੇ ਨਾਲੋਂ ਜਿਹੜਾ ਨਾ ਸ਼ੁਰੂ ਕਰ। ਅਤੇ ਮਜ਼ੀਦ ਥੋੜ੍ਹਾ ਜਿਹਾ ਪਾਣੀ ਅੱਗੇ ਤੱਕ ਹੈ ਅਤੇ ਮਸ਼ੀਨ ਵਾਪਸ ਹੋ ਗਈ ਜਨਾਬ ਪਿੱਛੇ। ਹੁਣ ਵੇਖਦੇ ਵੀ ਉਸਤਾਦ ਇੱਥੋਂ ਸਿੱਧੀ ਦੁਬਾਰਾ ਲਿਆਉਂਦਾ ਹੈ ਇਸ ਦੇ ਨਾਲੋਂ, ਜਾਂ ਕੋਈ ਹੋਰ ਤਰੀਕਾਕਾਰ ਅਖਤਿਆਰ ਕਰਦਾ ਹੈ। ਅਤੇ ਇਹ ਜਿਹੜੀਆਂ ਵੱਟਾਂ ਹੁੰਦੀਆਂ ਨਾ ਅਕਸਰ, ਇਹ ਜਿਹੜੀ ਮੁੰਜੀ ਹੈ ਇਹ ਤਾਂ ਹਾਈਬ੍ਰਿਡ ਹੈਗੀ ਸੀ, ਇਹ ਹੁਣ ਦੁਬਾਰਾ ਲਾਈ ਹੋਈ ਹੈ, ਇਹ ਤਕਰੀਬਨ ਹੋ ਗਈ 45 ਦਿਨਾਂ ਦੀ। ਇਹ 2 ਕਿੱਲੇ ਦਾ ਪਲਾਟ, ਅਤੇ ਚੈੱਕ ਕਰ ਲਓ ਇਸ ਵੱਟ ਦੇ ਵਿੱਚੋਂ ਪਾਣੀ ਇੱਧਰ ਲੰਘਦਾ ਪਿਆ। ਅਤੇ ਇਹ ਇਮਤਿਆਜ਼ ਬਾਈ ਹੈਗੇ ਨੇ, ਆਹ ਸਾਈਡਾਂ ਜਿਹੜੀਆਂ ਕੱਟ ਕੱਟ ਕੇ ਪਰਾਂ ਸੁੱਟਦੇ ਪਏ ਨੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ, ਯਾਦ ਕੀ ਹਾਲ ਹੈ? ਠੀਕ ਠਾਕ, ਅੱਲਾ ਦਾ ਸ਼ੁਕਰ ਹੈ ਜੀ। ਇਹ 15-09 ਜਿਹੜੇ ਨੇ ਇਹ ਕਦੋਂ ਲਾਈ ਸੀ? ਇਹ ਅੱਗੇ ਨਰਮਾ ਦੀ ਮਕਈ ਹੈਗੀ, ਉਹਦੇ ਉੱਤੋਂ ਲਾਇਆ ਹੈ। ਉਹ ਜਿਹੜੀ ਬਾਰੀਆ 'ਚ ਲੱਗਦੀ ਹੈ ਨਰਮਾ ਦੀ? ਹਾਂਜੀ। ਠੀਕ ਹੈ, ਇਹ ਲੰਮੇ ਹੋ ਗਏ ਨੇ ਬਾਰਿਸ਼ 'ਚ? ਹਾਂਜੀ, ਬਾਰਿਸ਼ 'ਚ ਹਨੇਰ ਹੈਗਾ ਉਹਦੀ ਵਜ੍ਹਾ ਤੋਂ ਲੰਮੇ ਹੋ ਗਏ। ਅਤੇ ਮਾਸ਼ਾਅੱਲਾ ਵੈਸੇ ਤਾਂ ਸੋਹਣੀ ਮਤਲਬ ਫਸਲ ਲੱਗਦੀ ਵੀ, ਪਾਕ ਤਾਂ ਚੰਗਾ ਹੈ? ਪਾਕ ਠੀਕ ਹੈਗਾ, ਪਰ ਥੋੜ੍ਹੇ ਕੱਚੇ ਹੈ, ਡਿੱਗ ਪਏ ਨੇ। ਡਿੱਗ ਪਏ ਨੇ, ਝਾੜ ਦਾ ਫਰਕ ਪਵੇਗਾ? ਹਾਂਜੀ, ਝਾੜ ਦਾ ਫਰਕ ਪਵੇਗਾ। ਲੇਕਿਨ ਮਸ਼ੀਨ ਮਾਸ਼ਾਅੱਲਾ ਜੀ ਬਲਾਂ ਹੈ, ਨਿਊ ਹੋਲੈਂਡ L626। ਅਤੇ ਬਿਲਕੁਲ ਡਰਾਈਵਰ ਉਸਤਾਦ ਜਿਹੜਾ ਹੈ ਬੜੇ ਆਰਾਮ ਨਾਲ ਕਟਾਈ ਕਰਦਾ ਪਿਆ ਹੈ।
ਤੇ ਦੋਸਤੋ ਆਪਣੇ ਇਲਾਕੇ 'ਚ ਇਹ ਬਲਾਂ ਮਸ਼ੀਨ ਜਿਹੜੀ ਹੈ ਇਹ ਆਪਾਂ ਜਨਾਬ ਪਹਿਲੀ ਵਾਰ ਵੇਖੀ ਹੈ ਅਤੇ ਬਲਕਿ ਆਈ ਪਹਿਲੀ ਵਾਰ ਹੈ ਅਤੇ ਵੱਡੀ ਮਸ਼ੀਨ ਹੈ ਜਿਵੇਂ 80-70 ਵੱਡੀਆਂ ਮਸ਼ੀਨਾਂ ਹੁੰਦੀਆਂ ਨੇ ਉਸੇ ਤਰੀਕੇ ਪੌਣੇ 2 ਕਰੋੜ ਦੀ। ਅੱਛਾ ਇਹ ਮੈਨੂੰ ਦੱਸੋ ਵੀ ਇਹ ਕਟਰ ਕਿੰਨੇ ਫੁੱਟਾ ਹੈ? 16 ਫੁੱਟ ਹੈ ਜੀ। 16 ਫੁੱਟ ਕਟਰ ਹੈ ਤੇ ਡੀਜ਼ਲ ਦਾ ਖਰਚਾ ਇਹਦਾ ਕੀ ਹੈ? ਡੀਜ਼ਲ ਦਾ ਖਰਚਾ ਹੈਗਾ 17-18 ਲੀਟਰ। 17-18 ਲੀਟਰ ਤੇ ਨਬੇੜਾ ਕਿੰਨਾ ਕੁ ਕਰ ਜਾਂਦੀ ਹੈ? ਅਗਰ ਮੁੰਜੀ ਖਲੋਪ ਲੱਭੇ ਤੇ ਫੇਰ ਜ਼ਬਰਦਸਤ ਜੀ। ਤੇ ਮਾਸ਼ਾਅੱਲਾ ਵਧੀਆ ਚਲਦੀ ਪਈ ਹੈ। ਕਦੋਂ ਤੋਂ ਸ਼ੁਰੂ ਕੀਤੀ ਹੈ ਚਲਾਣੀ? ਤਕਰੀਬਨ 10-15 ਦੇ ਹੋ ਗਏ। ਕਿੰਨੇ ਕਿੱਲਾ ਕੱਟ ਲਏ ਨੇ? 30 ਕਿੱਲਾ ਕੱਟ ਲਿਆ। ਹਾਲੇ 30 ਕਿੱਲਾ ਕੱਟੇ ਨੇ? 30-35 ਕਿੱਲੇ ਠੀਕ ਹੋ ਗਿਆ। ਅੱਛਾ ਕਰੋ ਜੀ ਦੋਸਤੋ, ਇਹਦਾ ਤਾਂ ਮੁਤਮਿਨ ਹੈਗਾ ਜੇ ਤੇ ਕਟਰ ਵੱਡਾ ਹੈ, ਵੱਡੀ ਮਸ਼ੀਨ, ਆਪਣੀਆਂ ਸੜਕਾਂ ਸੌੜੀਆਂ ਨੇ ਤੇ ਕਿਵੇਂ ਲੰਗਾਉਣ ਦੇ ਟਪਾਉਂਦੇ ਹੋ? ਟਰਾਲਾ ਮਗਰ ਪਾ ਲੈਂਦੇ ਆ। ਅੱਛਾ ਮਤਲਬ ਆ ਕਟਰ ਮਗਰ ਪਾ ਲੈਂਦੇ ਨੇ? ਕਟਰ ਕਾਲੇ ਮਗਰ ਪਾ ਤੇ ਲੱਗ ਜਾਂਦੇ ਆ। ਠੀਕ ਹੈ, ਜਿੱਦੇ ਮੁਸ਼ਕਲ ਹੋਵੇ ਤੇ ਨਹੀਂ ਜਾਵੀਂਦਾ। ਵੈਰੀ ਗੁੱਡ, ਜ਼ਬਰਦਸਤ। ਜਿੱਦੇ ਬਈ ਨਹੀਂ ਲੱਗਿਆ ਜਾਂਦਾ ਪਹਿਲੇ ਰਸਤਾ ਵੇਖਦੇ ਆ, ਪਹਿਲੇ ਰਸਤਾ ਦੇਖ ਆਵੀਂਦਾ ਫਿਰ ਜਾਵੀਂਦਾ। ਠੀਕ ਹੋ ਗਿਆ, ਟਰਾਲਾ ਮਗਰ ਪਾ ਕੇ ਕਟਰ ਰੱਖ ਕੇ। ਇਹ ਕਿਹੜਾ ਮੁਲਕੋਂ ਮੰਗਾਈ ਹੈ? ਇਹ ਬਾਹਰ ਦੇ ਮੁਲਕ, ਬਾਹਰੋਂ ਆਈ ਹੈ, ਇਹਨਾਂ ਨਹੀਂ ਪਤਾ। ਹਾਂਜੀ, ਫਰਾਂਸ, ਇਟਲੀ। ਫਰਾਂਸ, ਇਟਲੀ, ਠੀਕ ਹੋ ਗਿਆ। ਲਓ ਜੀ ਦੋਸਤ, ਬਗੈਂਦੇ ਨੂੰ ਫਰਾਂਸ, ਇਟਲੀ ਤੋਂ ਮੰਗਾਈ ਹੈ ਅਤੇ ਇਹ ਗੁਜਰਾਂ ਵਾਲੇ ਜੋ ਅਸਲ 'ਤੇ ਲਿਆਉਂਦੇ ਨੇ ਸਾਰੇ ਦੋਸਤ, ਉੱਥੇ ਮਸ਼ੀਨਾਂ ਦਾ ਘਰ ਹੈ। ਹਾਂਜੀ, ਮਾਸ਼ਾਅੱਲਾ ਕਮਾਲ ਦੀ ਮਸ਼ੀਨ ਦੋਸਤੋ, ਬੰਬੇ 'ਤੇ ਮੇਲਦੀ ਹੈ, ਜ਼ਬਰਦਸਤ, ਕਿਆ ਬਾਤ ਹੈ। ਇੱਥੇ ਆਮ ਮਸ਼ੀਨ ਦਾ ਜਿੱਡੀ ਮਰਜ਼ੀ ਕੋਈ ਮਸ਼ੀਨ ਬਣੀ ਫਿਰੇ, ਇਸ ਪੋਜੀਸ਼ਨ 'ਤੇ ਕਟਾਈ ਔਖੀ ਕਰੇਗੀ ਕੋਈ। ਅਤੇ ਟਾਇਰ ਇਹਦੇ ਕਾਫੀ ਚੌੜੇ ਨੇ, ਜਿਹਦਾ ਫਾਇਦਾ ਇਸ ਮਸ਼ੀਨ ਨੂੰ ਹੁੰਦਾ ਪਿਆ ਹੈ। ਅਤੇ ਜ਼ੋਰ ਵੀ ਚੰਗਾ ਲਾਉਂਦੀ ਪਈ ਹੈ ਅਤੇ ਕਟਾਈ ਵੀ ਆ ਵੇਖ ਲਓ ਕਮਾਲ ਦੀ ਕਰ ਗਈ ਹੈ, ਜ਼ਬਰਦਸਤ ਜੀ, ਕਿਆ ਬਾਤ ਹੈ। ਪਿੱਛੇ ਲੈ ਗਿਆ ਦੁਬਾਰਾ ਤੋਂ, ਇਹ ਰਸਤਾ ਛੱਡ ਕੇ ਪਰਲੀ ਸਾਈਡ 'ਤੇ ਆਵੇਗਾ ਅਤੇ ਇਸ ਪੂਰੇ ਕਿੱਲੇ ਦੇ ਵਿੱਚ ਪਾਣੀ ਹੈਗਾ ਦੋਸਤੋ। ਅਤੇ ਮੈਂ ਆਪਣੇ ਵੀਰ ਭਰਾਵਾਂ ਨੂੰ ਰੇਟਾਂ ਦੇ ਬਾਰੇ ਦੱਸਦਾ ਚੱਲਾਂ। ਜਿਹੜੀ ਮੁੰਜੀ ਹੈ, ਟੇਡੀ, ਹਾਈਬ੍ਰਿਡ ਵਗੈਰਾ ਅਗਰ ਕਿਸੇ ਦੀ ਰਹਿ ਗਈ ਹੈ ਤਾਂ ਉਹਦਾ ਰੇਟ ਮੰਡੀ ਚੱਲਦਾ ਪਿਆ ਜੇ 2500 ਤੋਂ ਲੈ ਕੇ 2700 ਤੱਕ, ਸੁਪਰੀ ਦਾ 2700-2800 ਤੱਕ, ਅਤੇ 1509-1692 ਦਾ ਰੇਟ ਚੱਲਦਾ ਪਿਆ ਜਨਾਬ 3500 ਤੋਂ ਲੈ ਕੇ 4500 ਤੱਕ।
ਤੇ ਮੈਂ ਆਪਣੇ ਵੀਰ ਭਰਾ ਨਾਲ ਇਹ ਵੀ ਦੱਸਣਾ ਚਾਹੁੰਦਾ ਵੀ ਰੇਟ ਅਗਰ ਚੰਗਾ ਪੱਕ ਹੋਵੇਗਾ, ਚੰਗੀ ਮੁੰਜੀ ਹੋਵੇਗੀ ਤਾਂ ਰੇਟ ਚੰਗਾ ਲੱਭੇਗਾ। ਅਗਰ ਪੱਕ ਥੋੜ੍ਹਾ ਵਿੱਚ ਮਿਕਸਿੰਗ ਹੈ ਕੱਚੇ ਵਿੱਚ ਨੂੰ, ਫਿਰ ਰੇਟ ਘੱਟ ਲੱਭੇਗਾ, ਲੇਕਿਨ ਰੇਟ ਵਿੱਚ ਜਾਨ ਪੈ ਗਈ ਹੈ ਦੋਸਤੋ। ਅਤੇ ਕੋਸ਼ਿਸ਼ ਕਰੋ ਜਨਾਬ ਆਪਣੀ ਫਸਲ ਨੂੰ ਪਕਾ ਕੇ ਵਢਾਓ, ਅਤੇ ਇਸ ਤਰੀਕੇ ਡਿੱਗਣ ਨਾ ਦੇਵਿਆ। ਜੇ ਪੱਕ ਜਾਵੇ ਤਾਂ ਪਹਿਲੇ ਰੇਟ ਦਾ ਇੰਤਜ਼ਾਰ ਨਹੀਂ ਕਰਨਾ, ਅਤੇ ਕਟਾਈ ਲਾਜ਼ਮੀ ਕਰਵਾਉਣੀ ਹੈ। ਇਹ ਨਾ ਹੋਵੇ ਵੀ ਤੁਸੀਂ ਆਖੋ ਵੀ ਨਹੀਂ ਅਸੀਂ ਇੱਕ ਵਾਰੀ ਰੇਟ ਵੱਲ ਹੋ ਲਵੇ, ਅਤੇ ਰੇਟ ਤਾਂ ਇਹਨੇ ਮੁਕੱਦਰਾਂ ਦਾ, ਜੇ ਮੁਕੱਦਰ ਤੁਹਾਡੇ ਚੰਗੇ ਨੇ ਤਾਂ ਰੇਟ ਤੁਹਾਨੂੰ ਚੰਗਾ ਲੱਭ ਜਾ ਸੀ ਦਾ, ਅਤੇ ਮੁਕੱਦਰਾਂ 'ਚ ਰੇਟ ਘੱਟ ਹੈ ਤਾਂ ਫਿਰ ਅੱਲਾ ਦੇ ਸਪੋਰਟ ਉਹਦਾ ਬਿਹਤਰ ਹੈ। ਫਸਲ ਨੂੰ ਪੂਰੇ ਟਾਈਮ 'ਤੇ ਜਦੋਂ ਪੱਕ ਜਾਵੇ ਉਸ ਦੀ ਲਾਜ਼ਮੀ ਕਟਾਈ ਕਰੋ। ਅਤੇ ਮਸ਼ੀਨ ਦੀ ਟੈਂਕੀ ਹੋ ਗਈ ਫੁੱਲ, ਇਸ਼ਾਰਾ ਬਲ ਪਿਆ ਜੀ ਨਾਲ ਖਤਰੇ ਦਾ, ਉਹ ਸਾਹਮਣੇ ਫੇੜ ਲੱਗਾ ਪਿਆ, ਉੱਥੇ ਜਾ ਕੇ ਪਲਟੇਗੀ। ਨਿਊ ਹੋਲੈਂਡ L 626 MCS ਅਤੇ ਕਮਾਲ ਦੀ ਪਰਫਾਰਮੈਂਸ। ਅਤੇ ਹੁਣ ਮੈਨੂੰ ਤਾਂ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ, ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।